ਜੀ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਜਨਾਬ ਰਾਂ ਦਾ ਕੀ ਨਾਮ ਹੈ ਜੀ ਜੀ ਮੇਰਾ ਨਾਮ ਜ਼ਾਹੂਰ ਹੈ ਮੈਂ ਮਾਸ਼ਾਅੱਲਾ ਅੱਛਾ ਸਾਨੂੰ ਫੀਅਰ ਦੇ ਬਾਰੇ ਦੱਸੋ ਇਹਦੀ ਮਲੂਮਾਤ ਦੱਸੋ ਇਹਦੀ ਹਾਰਸ ਪਾਵਰ ਦੱਸੋ ਸਾਰਾ ਕੁਝ ਦੱਸੋ ਇਹ ਬਾਈਆਂ ਫੀਅਰ ਦੇ ਪੰਜਾਬੀ ਦੀ ਮਿਸਾਲ ਹੈ ਕਿ ਨੋ ਅਗਰ ਬਾਪ ਲੈ ਲਵੇ ਤੇ ਪੋਤਰਾ ਇਸਤੇਮਾਲ ਕਰਦਾ ਅੱਛਾ ਜੀ ਇਹ ਫੀਅਰ ਜੀ ਇਹਨਾਂ ਜਾਨ ਦਾ ਟਰੈਕਟਰ ਹੈਗਾ ਠੀਕ ਇਹਦੀ ਪਾਵਰ ਅਗਰ ਇਸਤੇਮਾਲ ਕਰੀ ਤੇ ਵੱਡੇ ਟਰੈਕਟਰਾਂ ਦੇ ਬਰਾਬਰ ਹੁੰਦੀ ਆ ਜੀ ਸਭ ਤੋਂ ਜ਼ਿਆਦਾ ਥ੍ਰੈਸ਼ਰ ਤੇ ਰੋਟਰ ਤੇ ਇਸਤੇਮਾਲ ਹੁੰਦਾ ਜੀ ਠੀਕ ਹੋ ਗਿਆ ਜੀ ਇਹ ਜੀ थ्रੈਸ਼ਰ ਤੇ ਮੁਸਲਸਾ ਲਗਨ ਨੂੰ ਦੋ ਦਿਨ ਵੀ ਲਾਲ ਹੋਣਾ ਜੀ ਜੀ ਤੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਤਨਾ ਅੱਛਾ ਟਰੈਕਟਰ ਫੀਅਟ ਠੀਕ ਹੋ ਗਿਆ ਜੀ ਔਰ ਜ਼ਮੀਨਦਾਰ ਦੇ ਹੱਕੇ ਬਹੁਤ ਹੀ ਅੱਛਾ ਹੈ ਠੀਕ ਤੇ ਟੋਰ ਦਾ ਮੱਠਾ ਜ਼ਰਾ ਕੀ ਬਾਤ ਅੱਜ ਕੱਲ ਜਿਹੜੇ ਛਾਰ ਸ਼ਿਕ ਕਰਾਣਾ ਮੁੰਡੇ ਜੇ ਯੰਗ ਉਹ ਕਹਿੰਦੇ ਆ ਟਰੈਕਟਰ ਹੋਵੇ ਤੇ ਬਠੇਰੇ ਰੰਗਾ ਹੋਵੇ ਆਏ ਹਾਏ ਹੋਵੇ 85 ਕੀ ਬਾਤ ਜਾਂ 60 ਹੋਵੇ ਜੀ ਹਾਂ ਪਰ ਅਸੀਂ ਤਾਂ ਫੀਅਟ ਇਸਤੇਮਾਲ ਕਰ ਰਹੇ ਹਾਂ ਸਾਡੇ ਕੋਲ ਫੀਅਟ ਤਕਰੀਬਨ ਕਾਫੀ ਅਰਸੇ ਤੋਂ ਫੀਅਟ ਹੈ ਠੀਕ ਹੋ ਗਿਆ ਤੇ ਅਸੀਂ ਤਾਂ ਜੀ ਦੇ ਪਿੱਛੇ 16 ਤਵੀਆਂ ਡਿਸਕਾਂ 54 ਫਾਲੇ ਰੋਟਾ ਵੜਾ ਕੀ ਬਾਤ ਹੈ 16 ਫੁੱਟਾ ਟਰਾਲਾ ਕੀ ਬਾਤ ਹੈ ਇਹ 20 ਚੱਕ ਦੇ ਵਿੱਚ ਜੀ ਅਲਹਮਦੁਲਿਲਾ ਸੀ ਕੈਰੇਜ ਕਰਦੇ ਆ ਜੀ ਇਹ ਸਾਰੇ ਲੋਕਾਂ ਨੂੰ ਪਤਾ ਹੀ ਆ ਕਿ ਜ਼ਹੂਰ ਕੋ ਟਰੈਕਟਰ ਫੀਟ ਆਏਗਾ ਕੀ ਬਾਤ ਹੈ ਅੱਛਾ ਅੱਛਾ ਮਾਰਕੀਟ ਜੈਸਟ ਅਵੇਲੇਬਲ ਹੈ ਕਿ ਖਤਮ ਹੋ ਗਏ ਮਾਰਕੀਟ ਨਿਊ ਆ ਰਿਹਾ ਜੀ ਅੱਛਾ ਨਿਊ ਮਾਡਲ ਆ ਚਾਰਿਆ ਨਿਊ ਮਾਡਲ ਆ ਚਾਰਿਆ ਉਹਨੂੰ ਪ੍ਰੈਸ਼ਰ ਲੱਗਿਆ ਇਸ ਥੋੜੇ ਸਾਦਾ ਹੈਗਾ ਉਹਨਾਂ ਨੂੰ ਪ੍ਰੈਸ਼ਰ ਲੱਗਿਆ ਉਹਨਾਂ ਨੂੰ ਅੱਛਾ ਤੇ ਇਹ ਜਿਹੜਾ ਮਾਰਕੀਟ 'ਚ ਜਿਹੜਾ ਨਿਊ ਹੈ ਤੇ ਪੁਰਾਣੇ ਦਾ ਕੋਈ ਮਨ ਲੱਗਦਾ ਜੋੜ ਨਹੀਂ ਹੈ ਨੇ ਜੀ ਨਿਊ ਥੋੜਾ ਡਿਫਰੈਂਸ ਕੀਤਾ ਉਹਨਾਂ ਨੂੰ ਸਟੀਅਰਿੰਗ ਪਾਵਰ ਲਾਇਆ ਜੀ ਅੱਛਾ ਜੀ ਤੇ ਉਸ ਤੋਂ ਇਲਾਵਾ ਬਸ ਇੱਕ ਚੀਜ਼ ਹੀ ਆਟਮ ਅਜ਼ਾਫੀ ਹੈ ਇਹ ਸਟੀਅਰਿੰਗ ਪਾਵਰ ਦੀ ਠੀਕ ਹੋ ਗਿਆ ਵੀ ਪ੍ਰੈਸ਼ਰਾਈਜ਼ ਸਿਸਟਮ ਉਹਨਾਂ ਕਰ ਦਿੱਤਾ ਹਾਂ ਪ੍ਰੈਸ਼ਰਾਈਜ਼ ਸਿਸਟਮ ਹੋ ਗਿਆ ਠੀਕ ਹੋ ਗਿਆ ਅੱਛਾ ਇਹ 75 ਤੇ 85 ਦਾ ਤੇ ਰੂਸੀ ਦਾ ਮੁਕਾਬਲਾ ਕਰ ਸਕਦਾ ਨਹੀਂ ਜੀ ਫਿਲਹਾਲ ਉਹ 4 ਸਿਲੰਡਰ ਗੱਡੀਆਂ ਆਈ 3 ਸਿਲੰਡਰ ਗੱਡੀ ਆ ਉਹ ਤੇ ਬਹੁਤ ਤਕੜੀਆਂ ਗੱਡੀਆਂ ਲੇਕਿਨ ਇਹ ਇतना अच्छा ट्रैक्टर है वो अपनी जगह पे अच्छे आई अपनी जगह पे अच्छा सब तो मेन गल है कि किस वास्ते अच्छा इस्तेमाल हो सकता है लोडर वास्ते या हल वास्ते या किस तरह इनू किस तरह एक तोना सी पहले दसया ए थ्रेशर वास्ते ज्यादा इस्तेमाल होता ठीक 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 धरिया अंदर अपना जड़ा ना धरिया सारे दरिया दे आउट एरिया जिने आना इनन दे बाहर अंदर ही ज्यादा ट्रैक्टर इस्तेमाल होंदे अच्छा ठीक हो गया ते अच्छा ए दसो सानू के इनदी एवरेज की है तेल दी ਪਰ ਲੀਟਰ ਪਰ ਏਕੜ ਐਵਰੇਜ ਕਮ ਸ ਕਮ 2.5 ਲੀਟਰ ਆ ਇੱਕ ਏਕੜ ਜ਼ਮੀਨ ਹੱਲਾਂ ਤੇ ਠੀਕ ਹੋ ਗਿਆ ਇਹ ਦੂਸਰੇ ਟਰੈਕਟਰਾਂ ਦੀ ਬਨਿਸਬਤ ਥੋੜਾ ਹੈ ਕਿ ਜ਼ਿਆਦਾ ਹੈ ਦੂਸਰੇ ਟਰੈਕਟਰਾਂ ਦੀ ਨਸੇ ਦਰਮਿਆਨਾ ਟਰੈਕਟਰ ਹੈਗਾ ਵੀ ਨਾ ਜ਼ਿਆਦਾ ਹੈ ਤੇ ਨਾ ਕਾਟੇ ਨਾ ਕਾਟੇ ਦਰਮਿਆਨਾ ਟਰੈਕਟਰ ਹੈ ਜੀ ਠੀਕ ਹੋ ਗਿਆ ਅੱਛਾ ਕੋਈ ਐਸੀ ਮਲਮਾ ਜਿਹੜੀ ਸਾਨੂੰ ਨਾ ਪਤਾ ਹੋਵੇ ਫੀਅਰ ਦੇ ਖਾਸ ਤੌਰ ਦੇ ਬਾਰੇ ਚ ਫੀਅਰ ਲਾਈਫ ਟਾਈਮ ਇੰਜਨ ਵਾਲਾ ਯਾਨੀ ਕਿ ਜੀ ਕਾਮਸ ਕਾਮ ਇੱਕ ਦਫਾ ਇੰਜਨ ਕਰਾ ਲਓ ਤੇ 10 ਤੋਂ 12 ਸਾਲ ਨਾਰਮਲ ਜਿੰਨਾ ਜ਼ਿਆਦਾ ਅੱਛੇ ਤਰੀਕ ਨਾਲ ਇਹਨੂੰ ਇਸਤੇਮਾਲ ਕਰ ਲੋ 12 ਸਾਲ ਤੱਕ ਲਿਮਟ ਐਂਦੀ ਇੰਜਨ ਇਹਦਾ ਅੰਡਾ ਦਾ ਜਲਦੀ ਠੀਕ ਹੋ ਗਿਆ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਤਾਂ ਸਾਨੂੰ ਦੁਆਵਾਂ ਯਾਦ ਰੱਖਣਾ ਅੱਲਾ ਹਾਫਿਜ਼